ਸਰਕਾਰ ਮੁਰਦਾਬਾਦ 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 ਬੀਜੇਪੀ ਦੀ ਗੁੰਡੀ ਸਰਕਾਰ ਮੁਰਦਾਬਾਦ 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 ਕੇਸ਼ਕਾਰ ਤੇ ਹਮਲਾ ਕਰਨ ਵਾਲੀ ਸਰਕਾਰ ਮੁਰਦਾਬਾਦ 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 ਅੱਜ ਰਕੇਸ਼ ਟਕੈਤ ਤੇ ਹੋਏ ਹਮਲੇ ਨੂੰ ਲੈ ਕੇ ਜਿਹੜਾ ਕਿਸਾਨਾਂ ਵੱਲੋਂ ਹੈ ਪਿੰਡ ਬਰਿਆਰ ਦੇ ਕੋਲੇ ਜਿਹੜਾ ਸੀਗਾ ਨੈਸ਼ਨਲ ਹਾਈਵੇ ਇਹਨੂੰ ਬੰਦ ਕਰ ਦਿੱਤਾ ਗਿਆ ਆ ਇਹਨੂੰ ਚੱਕਾ ਜਾਮ ਕੀਤਾ ਗਿਆ ਤੇ ਕਿਸਾਨ ਜਿਹੜੇ ਨੇ ਲਗਾਤਾਰ ਭਾਜਪਾ ਦੇ ਖਿਲਾਫ ਜਿਹੜੇ ਨੇ ਨਾਅਰੇਬਾਜ਼ੀ ਕਰ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਜਿਹੜਾ ਜਾਣ ਬੁੱਝ ਕੇ ਕਿਸਾਨ ਆਗੂ ਤੇ ਹਮਲਾ ਕਰਵਾਇਆ ਗਿਆ ਤਾਂ ਜੋ ਕਿਸਾਨਾਂ ਦੀ ਆਵਾਜ਼ ਨੂੰ ਦੱਬਿਆ ਜਾ ਸਕੇ ਆਓ ਕਿਸਾਨਾਂ ਦੇ ਨਾਲ ਗੱਲ ਕਰਕੇ ਜਾਣਦੇ ਹਾਂ ਕਿ ਜਿਹੜਾ ਹਮਲਾ ਹੋਇਆ ਜੀ ਇਹਦਾ ਮੁੱਖ ਕਾਰਨ ਕੀ ਲੱਗ ਰਿਹਾ ਤੁਹਾਨੂੰ ਇਹਦਾ ਮੁੱਖ ਕਾਰਨ ਇਹੋ ਆ ਵੀ ਸਾਡੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਡਰਾਇਆ ਜਾਵੇ ਸਾਡੇ ਸੰਯੁਕਤ ਮੋਰਚੇ ਨੂੰ ਡਰਾ ਕੇ ਤੇ ਘਰਾਂ ਨੂੰ ਭਜਾਵਾਤਾ ਜਾਵੇ ਸਾਡਾ ਮੋਰਚਾ ਫੇਲ ਕੀਤਾ ਜਾਵੇ ਸਾਡਾ ਵੱਡਾ ਆਗੂ ਆ ਰਕੇਸ਼ ਕੈਦ ਉੱਥੇ ਅੱਜ ਗੁੱਡਾਗਰਦੀ ਕੀਤੀ ਆ ਬੀਜੇਪੀ ਤੇ ਹਮਲਾ ਕੀਤਾ ਗੋਲੀਆਂ ਚਲਾਈਆਂ ਉਹਦੀ ਕਾਰ ਉੱਤੇ ਉਹਦੀ ਜਾਨ ਮਸਾਂ ਬਚੀ ਆ ਪਤਾ ਨਹੀਂ ਬਚੀ ਵੀ ਅੱਗੇ ਕਿੱਦਾਂ ਜ਼ਖਮੀ ਹੋਇਆ ਵਾ ਜੋ ਸਾਡੀ ਸੂਚਨਾਵਾਂ ਨੇ ਬਹੁਤ ਖਤਰਨਾਕ ਹਮਲਾ ਕੀਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਨੇ ਕੀਤਾ ਵਾ ਰਾਜਸਥਾਨ ਦੇ ਵਿੱਚ ਇਹ ਖਤਰਨਾਕ ਚਾਲ ਵਾ ਇਸ ਨੂੰ ਸਹਿਣ ਕੀਤਾ ਨਹੀਂ ਜਾ ਸਕਦਾ ਇਹ ਗੁੰਡਾਗਰਦੀ ਫੈਲਾਉਣੀ ਚਾਹੁੰਦੀ ਆ ਬੀਜੇਪੀ ਸਾਰੇ ਹਿੰਦੁਸਤਾਨ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ ਅਸੀਂ ਬਰਦਾਸ਼ਤ ਨਹੀਂ ਕਰਦੇ ਇਹਦੇ ਨਾਲੋਂ ਅਗਲੀ ਰਣਨੀਤੀ ਕੀ ਹੋਵੇਗੀ ਜੀ ਦੇਖੋ ਰਣਨੀਤੀ ਇਵੇਂ ਹੈ ਕਿ ਆਪਣਾ ਤਾਂ ਪਹਿਲਾਂ ਹੀ ਇਹ ਪ੍ਰੋਟੈਸਟ ਹੈ ਕਿ ਇਹ ਕਿਸਾਨ ਵਿਰੋਧੀ ਜਮਾਤ ਹੈ ਬੀਜੇਪੀ ਇਸੇ ਲਈ ਸਾਨੂੰ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਹੁਕਮ ਸੀ ਕਿ ਇਹਨਾਂ ਨੂੰ ਕੋਈ ਕਾਨਫਰੰਸ ਨਹੀਂ ਕਰਨ ਦੇਣੀ ਇਹਨਾਂ ਦਾ ਜਿਹੜਾ ਹੈਗਾ ਬਾਹਰ ਨਿਕਲਣਾ ਬੰਦ ਕੀਤਾ ਹੋਇਆ ਉਸ ਦਿਨ ਵੀ ਇਸੇ ਕਰਕੇ ਬੀਜੇਪੀ ਆਗੂਆਂ ਦਾ ਘਰਾਓ ਕੀਤਾ ਸੀ ਸੋ ਇਹ ਜਿੱਥੇ ਕਾਨੂੰਨ ਨਾਲ ਲੜਾਈ ਹਾਰ ਚੁੱਕੇ ਨੇ ਅਤੇ ਕਾਨੂੰਨ ਵਾਪਸ ਲੈਣ ਦੀ ਬਜਾਏ ਇਹ ਉਲਟਾ ਸਾਡੇ ਆਗੂਆਂ ਦੇ ਉੱਤੇ ਸਾਡੇ ਦੇ ਹਮਲੇ ਕਰਕੇ ਅਤੇ ਇਹ ਸਾਨੂੰ ਡਰਾਉਣਾ ਚਾਹੁੰਦੇ ਨੇ ਇਹ ਡੈਮੋਕ੍ਰੇਸੀ ਦਾ ਜਿਹੜਾ ਉਹ ਸ਼ਰੇਆਮ ਕਤਲ ਇਹ ਡਰਾਉਣਾ ਚਾਹੁੰਦੇ ਨੇ ਇਹ ਜਿਹੜੀ ਹੈ ਬੇਹੱਦ ਮਾੜੀ ਗੌਰਮੈਂਟ ਹੈ ਪਰ ਅਸੀਂ ਡਰਨ ਵਾਲੇ ਨਹੀਂ ਸਾਡਾ ਪਿਛੋਕੜ ਜਿਹੜਾ ਸਾਡਾ ਇਤਿਹਾਸ ਜਿਹੜਾ ਅਸੀਂ ਤਾਂ ਮੁਗਲਾਂ ਦਾ ਜਿਹੜਾ ਉਹ ਕੀਤਾ ਟਾਕਰਾ ਅਸੀਂ ਇੱਥੋਂ ਗੋਰਿਆਂ ਨੂੰ ਭਜਾਇਆ ਸਾਡੇ ਮੂਹਰੇ ਕੋਈ ਟਿਕਦਾ ਨਹੀਂ ਇਹ ਬੇਸ਼ੱਕ ਸਾਡੇ ਆਪਣੇ ਨੇ ਲੇਕਿਨ ਸਾਡੇ ਨਾਲ ਇਹ ਦੂਸਰੇ ਮੁਲਕ ਦੇ ਵਾਸੀਆਂ ਵਾਲਾ ਜਿਹੜਾ ਉਹ ਕਰਦੇ ਪਏ ਨੇ ਵਿਹਾਰ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਵੇਂ ਕਿ ਦੇਖਣ ਦੇ ਵਿੱਚ ਆਇਆ ਸੀਗਾ ਕਿ ਪਿਛਲੇ ਦਿਨੀਂ ਜਦੋਂ ਇੱਕ ਬੀਜੇਪੀ ਆਗੂ 'ਤੇ ਹਮਲਾ ਹੋਇਆ ਸੀਗਾ ਅਤੇ ਲਗਭਗ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਉਸ ਦੀ ਨਿਖੇਧੀ ਕੀਤੀ ਗਈ ਸੀ ਅਤੇ ਕਿਸਾਨਾਂ ਨੂੰ ਬੁਰਾ ਦੱਸਿਆ ਗਿਆ ਸੀਗਾ ਉਸ ਟਾਈਮ 'ਤੇ ਗਲਤ ਵੀ ਦੱਸਿਆ ਗਿਆ ਸੀਗਾ ਹੁਣ ਕੀ ਲੱਗਦਾ ਕਿ ਤੁਹਾਡੇ ਨਾਲ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਖੜੀਆਂ ਹੋਣਗੀਆਂ ਦੇਖੋ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਸਾਨੂੰ ਆਸ ਵੀ ਨਹੀਂ ਨਾ ਅਸੀਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਸਰੇ ਸੰਘਰਸ਼ ਲੜਦੇ ਪਏ ਹਾਂ ਕਿਉਂਕਿ ਇਹ ਇਸ ਕਾਨੂੰਨਾਂ ਵਾਲੇ ਹਮਾਮ ਦੇ ਵਿੱਚ ਵੀ ਇਹ ਸਾਰੇ ਜਿਹੜੇ ਨੇ ਉਹ ਨੰਗੇ ਨੇ ਠੀਕ ਹੈ ਸਾਡਾ ਇਸ ਚੀਜ਼ ਨਾਲ ਕੋਈ ਨਹੀਂ ਔਰ ਜਿਹੜਾ ਉਹ ਹਮਲਾ ਹੋਇਆ ਤੁਸੀਂ ਗੱਲ ਕਰਦੇ ਹੋ ਉਹ ਖੁਦ ਬੀਜੇਪੀ ਦੀ ਆਪਣੀ ਦੇਣ ਹੈ ਉਹਨਾਂ ਨੇ ਇਸੇ ਸੰਦਰਭ 'ਚ ਹੀ ਕੀਤਾ ਸੀ ਇਹਨਾਂ ਆਪਣੇ ਬੀਜੇਪੀ ਵਾਲਿਆਂ ਦੀ ਉਹ ਪਲਾਨਿੰਗ ਸੀਗੀ ਕਿ ਆਪਾਂ ਇੱਦਾਂ ਕਰਾਂਗੇ ਤਾਂ ਜੋ ਅਸੀਂ ਜਿਹੜਾ ਹੈਗਾ ਇਹ ਕਿਸਾਨਾਂ ਦਾ ਜਿਹੜਾ ਹੈਗਾ ਸੰਘਰਸ਼ ਨੂੰ ਖਤਮ ਕਰੀਏ ਇਹਨਾਂ ਲੋਕਾਂ ਦੇ ਦੁਆਲੇ ਅਸੀਂ ਹੋਈਏ ਪਰ ਇੱਦਾਂ ਨਹੀਂ ਉਹ ਸਾਜਿਸ਼ ਤਹਿਤ ਹੀ ਹਮਲਾ ਹੋਇਆ ਜਿਹੜੀ ਤੁਸੀਂ ਗੱਲ ਕੀਤੀ ਹੈ ਬੀਜੇਪੀ ਸੋਰੀ ਸਿਆਸੀ ਪਾਰਟੀਆਂ ਦੀ ਬਿਲਕੁਲ ਸਾਨੂੰ ਇਹਨਾਂ ਦੀ ਕੋਈ ਹਮਾਇਤੀ ਨਾ ਲੋੜ ਹੈ ਨਾ ਅਸੀਂ ਆਸ ਕਰਦੇ ਹਾਂ ਇਹ ਚੱਕਾ ਜਾਮ ਕਿੰਨੀ ਦੇਰ ਤੱਕ ਰਹੇਗਾ ਜੀ ਚੱਕਾ ਜਾਮ ਸੰਕੇਤਕ ਅਸੀਂ ਕੀਤਾ ਇਹ ਬੰਦ ਮੈਂ ਕਰਵਾਇਆ ਜਮਾਂ ਵੀ ਮੈਂ ਇਹਨਾਂ ਨੂੰ ਅਪੀਲ ਕਰਕੇ ਕਰਵਾਇਆ ਅਸਲ ਵਿੱਚ ਜੋ ਬੀਜੇਪੀ ਚਾਹੁੰਦੀ ਹੈ ਜੋ ਬੀਜੇਪੀ ਦਾ ਮੁੱਦਾ ਹੈ ਕਿਉਂਕਿ ਕੱਲ੍ਹ ਅਸੀਂ ਗੁਜਰਾਤ ਜਾ ਰਹੇ ਹਾਂ ਔਰ ਰਕੇਸ਼ ਟਕੈਤ ਜੀ ਸਾਡਾ ਸਾਰਾ ਜਿਹੜੇ ਨੇਤਾ ਨੇ ਮੁੱਖ ਸੰਯੁਕਤ ਮੋਰਚੇ ਦੇ ਉਹਨਾਂ ਨੂੰ ਡਰਾਉਣ ਵਾਸਤੇ ਕਿ ਅਗਰ ਅਸੀਂ ਗੁਜਰਾਤ ਨਾ ਆਈਏ ਅਸੀਂ ਕਹਿੰਦੇ ਹਾਂ ਕਿ ਜਿੰਨੇ ਹਮਲੇ ਕਰਨੇ ਆ ਕਰ ਲਓ ਜੋ ਤੁਹਾਡੇ ਕੋਲ ਹੁੰਦਾ ਕਰ ਲਓ ਮੋਦੀ ਦੇ ਘਰ ਆਉਣਾ ਹੈ ਆਵਾਂਗੇ ਵਿਰੋਧ ਕਰਾਂਗੇ ਤੁਹਾਡੇ ਗੁਜਰਾਤ 'ਚ ਜੋ ਸਾਡੇ ਪ੍ਰੋਗਰਾਮ ਲੀਕੇ ਹੋਏ ਆ 4-5 ਤਰੀਕ ਨੂੰ ਕਿਸੇ ਕੀਮਤ 'ਤੇ ਰੁਕਣ ਵਾਲੇ ਨਹੀਂ ਚਾਹੇ ਤੁਸੀਂ ਇੱਕ ਛੱਡ ਕੇ 10 ਹੋਰ ਹਮਲੇ ਕਰੋ ਜਿਸ ਪਲਾਨ ਦੇ ਨਾਲ ਤੁਸੀਂ ਇਹ ਹਮਲਾ ਕੀਤਾ ਹੈ ਕਿ ਅਸੀਂ ਇਹਨਾਂ ਨੂੰ ਗੁਜਰਾਤ ਨਹੀਂ ਪਹੁੰਚਣ ਦੇਵਾਂਗੇ ਇਹ ਤੁਹਾਡਾ ਵਹਿਮ ਹੈ ਤੁਸੀਂ ਸਾਡੇ ਇੱਕ ਨੇਤਾ 'ਤੇ ਹਮਲਾ ਕੀਤਾ ਇਹ ਸੰਕੇਤਕ ਬੰਦ ਤੁਹਾਨੂੰ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੀਜੇਪੀ ਦੇ ਪੰਜਾਬ ਦੇ ਜਿੰਨੇ ਨੇਤਾ ਹੈ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਗੁਜਰਾਤ ਦੇ ਪ੍ਰੋਗਰਾਮ ਤੋਂ ਬਾਅਦ ਇਹ ਕਰਕੇ ਤੁਹਾਨੂੰ ਵਿਖਾਵਾਂਗੇ ਜੀ ਇੱਕ ਗੰਦੀ ਰਣਨੀਤੀ ਹੈ ਇਸ ਮੋਦੀ ਸਰਕਾਰ ਦੀ ਕਿ ਪਹਿਲਾਂ ਆਪਣੇ ਹੀ ਆਗੂਆਂ ਨੂੰ ਭੇਜ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਪਏ ਨੇ ਹੁਣ ਜੇ ਸਾਡੇ ਕਿਸਾਨ ਲੀਡਰ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਸਤੇ ਮਹਾਂਪੰਚਾਇਤਾਂ ਕਰਦੇ ਪਏ ਆ ਤਾਂ ਇੱਕ ਸਾਜਿਸ਼ ਤਹਿਤ ਆਪਣੇ ਖਰੀਦੇ ਹੋਏ ਗੁੰਡੇ ਭੇਜ ਕੇ ਉਹਨਾਂ ਦੇ ਉੱਤੇ ਅਟੈਕ ਕਰਵਾਉਂਦੇ ਪਏ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਪਏ ਨੇ ਵੀ ਕਿਸੇ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਖੌਫ ਫੈਲੇ ਔਰ ਜਿਹੜੇ ਕਿਸਾਨ ਆ ਆਪਣੇ ਹੱਕ ਲਏ ਬਿਨਾਂ ਡਰ ਕੇ ਆਪਣੇ ਘਰਾਂ ਵਿੱਚ ਬਹਿ ਜਾਣ ਪਰ ਮੈਂ ਮੋਦੀ ਨੂੰ ਕਹਿ ਦੇਣਾ ਵੀ ਆਪਣੀ ਇਹ ਰਣਨੀਤੀ ਚੇਂਜ ਕਰ ਲਓ ਤੁਸੀਂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਪਏ ਹੋ ਜੋ ਵੀ ਹਾਲਾਤ ਸਾਡੇ ਭਾਰਤ ਦੇ ਬਣਦੇ ਪਏ ਨੇ ਉਹਦੀ ਜ਼ਿੰਮੇਵਾਰ ਸਾਡੀ ਇਹ ਮੋਦੀ ਆ ਇਹ ਕੇਂਦਰ ਸਰਕਾਰ ਆ ਔਰ ਇਹਨਾਂ ਦਾ ਲੋਕਤੰਤਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਕਿਸਾਨ ਜੀ ਕਿਸਾਨ ਜਿਨ੍ਹਾਂ ਵੱਲੋਂ ਇਹ ਜਿਹੜਾ ਰਾਜ ਮਾਰਗਾਂ ਨੂੰ ਬੰਦ ਕੀਤਾ ਗਿਆ 1 ਘੰਟੇ ਵਾਸਤੇ ਤਾਂ ਇਹਨਾਂ ਦਾ ਕਹਿਣਾ ਕਿ ਇਹ ਸਿਰਫ ਇੱਕ ਸੰਕੇਤਕ ਬੰਦ ਕੀਤਾ ਗਿਆ ਆ ਤਾਂ ਕਿ ਮੋਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਕਿ ਉਹਦੇ ਵੱਲੋਂ ਜਿਹੜੇ ਹਮਲੇ ਕਰਵਾਏ ਜਾ ਰਹੇ ਨੇ ਕਿਸਾਨ ਆਗੂਆਂ 'ਤੇ ਜਾਂ ਆਪਣੇ ਆਗੂ ਇੱਥੇ ਭੇਜੇ ਜਾ ਰਹੇ ਨੇ ਉਹਨੂੰ ਬੰਦ ਕੀਤਾ ਜਾਵੇ ਤਾਂ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨ ਲਿਆ ਜਾਵੇ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਅਜੀਤ ਵੈੱਬ ਟੀ ਵੀ ਗੁਰਦਾਸਪੁਰ